ਅਸਲਾਮ ਅਲੈਕੁਮ ਸਾਰਿਆਂ ਵੀਰਾਂ ਭਰਾਵਾਂ ਅਤੇ ਕੀ ਹਾਲ ਚਾਲ ਹੋ, ਠੀਕ ਠਾਕ ਹੋ? ਅਤੇ ਅੱਜ ਜਿਹੜਾ ਵੀਰਾਂ ਹੋਇਆ ਵੀਡੀਓ ਜਿਹੜੀ ਬਣਾ ਰਹੇ ਹਾਂ, ਇਹ ਤੁਹਾਡੇ ਵਾਸਤੇ ਲਾਜ਼ਮੀ ਜਿਹੜੀ ਹੈ ਨਾ, ਜ਼ਰੂਰੀ ਹੈ। ਐਨ ਸਮਝਣਾ, ਐਨ ਵੇਖਣਾ। ਇਹ ਮੈਂ 3 ਹਿੱਸਿਆਂ 'ਚ ਵੀਡੀਓ ਬਣਾਉਂਦਾ। ਇੱਕ ਜਿਹੜਾ ਉਹ ਤੁਸੀਂ 3 ਵੀਡੀਓ ਵੇਖਣੀਆਂ ਨੇ, ਤੁਹਾਡੀ ਵੀਡੀਓ ਲੰਮੀਆਂ ਹੋਣੀਆਂ ਨੇ ਅਤੇ ਇਹ ਤੁਸੀਂ ਵੇਖ ਲਈਆਂ ਸਾਰੀਆਂ ਅਤੇ 3 ਅਤੇ ਤੁਹਾਨੂੰ ਦੀ ਸਾਰੀ ਸਮਝ ਆ ਜਾਂਦੀ। ਕਦੀ ਜ਼ਿੰਦਗੀ ਵਿੱਚ ਜਿਹੜਾ ਨਾਕਾਮ ਨੂੰ ਹੋਣ ਲੱਗੇ, ਇਨਸ਼ਾਅੱਲਾ ਕਾਮਯਾਬ ਹੋਵੋ। ਅਤੇ ਇਹ ਤੁਹਾਨੂੰ ਕਿਸੇ ਇਹ ਬੰਦੇ ਕਿਸੇ ਤੁਹਾਨੂੰ ਗੱਲਾਂ ਦੱਸਣੀਆਂ ਕੋਈ ਨਹੀਂ। ਇਹ ਯੂਟਿਊਬ 'ਤੇ ਕਈ ਵੀਰ ਆਉਂਦੇ ਨੇ ਜਾਂ ਯੂਟਿਊਬ 'ਤੇ ਝੂਠ ਮਾਰਦੇ ਨੇ ਜੇ ਉਹ, ਅਤੇ ਮੈਂ ਜਿਹੜੀ ਵੀ ਗੱਲਬਾਤ ਉਹ ਮੈਂ ਤੁਹਾਨੂੰ ਸੱਚੀ ਦੱਸਾਂਗਾ। ਅਤੇ ਸੱਚੀ ਜੇ ਹਮ ਗੱਲਾਂ ਕਰੀਏ ਤਾਂ ਉਸ ਟਾਈਮ ਵਿੱਚ ਗੱਲਾਂ ਜਿਹੜੀਆਂ ਨੇ ਉਹ ਕੌੜੀਆਂ ਵੀ ਲੱਗਦੀਆਂ ਨੇ, ਅਤੇ ਸੱਚ ਹਮੇਸ਼ਾ ਆਉਂਦੇ ਨੇ ਕੜਵਾ ਹੁੰਦਾ। ਅਤੇ ਮੈਂ ਜਿਹੜੀਆਂ ਵੀ ਗੱਲਾਂ ਦੱਸੀਆਂ ਉਹ ਭਾਵੇਂ ਰੰਗ ਵਾਲਾ ਹੋਇਆ, ਭਾਵੇਂ ਮਾਲਕ ਹੋਇਆ, ਕੰਮ ਕਰਾਉਣ ਵਾਲਾ ਹੋਇਆ, ਅਤੇ ਮੇਰੀਆਂ ਗੱਲਾਂ ਤੁਹਾਡੀਆਂ ਬਰਦਾਸ਼ਤ ਵੀ ਕਰਨੀਆਂ। ਅਤੇ ਕੋਈ ਲਫ਼ਜ਼ ਐਸਾ ਮੈਂ ਜਿਹੜਾ ਵੀਰ ਭਰਾ ਨੂੰ ਕੋਈ ਵਿੱਚ ਨਹੀਂ ਸਹੀ ਲੱਗਦਾ, ਅਤੇ ਉਹਦੀ ਮੈਂ ਮੇਰੇ ਵੱਲ ਵੀ ਜਿਹੜਾ ਕੋਈ ਮੈਂ ਬੋਲ ਜਾਂ ਅਤੇ ਉਹਦੀ ਮੈਂ ਮਾਦਰ ਚਾਹੁੰਦਾ ਕਿਸੇ ਵੀਰ ਭਰਾ ਨੂੰ ਜਿਹੜਾ ਬੁਰਾ ਲੱਗੇ। ਅਤੇ ਬਾਕੀ ਚਲੋ, ਇਹ ਜਿਹੜਾ ਅੱਜ ਦੀ ਵੀਡੀਓ ਵਿੱਚ ਥੋੜ੍ਹੀ ਜਿਹਾ ਦੇ ਵਿੱਚ ਗੱਲਾਂ ਬਾਤਾਂ ਤਾਂ ਕਰਨੀਆਂ, ਵੀਡੀਓ ਤਾਂ ਬਣਾਉਣਾ ਸਿਰਫ ਤੁਹਾਨੂੰ ਜਿਹੜਾ ਸਮਝਣ ਵਾਸਤੇ। ਜੇ ਤੁਹਾਨੂੰ ਦੀ ਸਮਝ ਨਹੀਂ ਆਉਣੀ ਤਾਂ ਮੈਨੂੰ ਕੋਈ ਫਾਇਦਾ ਨਹੀਂ ਮੇਰਾ ਵੀਡੀਓ ਬਣਾਉਣ ਦਾ, ਇੰਨਾ ਟਾਈਮ ਜਿਹੜਾ ਵੇਸਟ ਕਰਨਾ। ਅਤੇ ਕਈ ਭਰਾ ਜਿਹੜਾ ਮੈਨੂੰ ਸਾਰੇ ਵੀਰਾਂ ਭਰਾਵਾਂ ਦੇ ਮੈਸੇਜ ਵੀ ਮੈਨੂੰ ਆ ਰਹੇ ਨੇ, ਜਿੰਨਾ ਵੀਡੀਓ ਮੈਂ ਵੇਖ ਰਿਹਾ ਕੰਮ ਸ਼ਾਮ ਮੁੰਡਿਆਂ ਦੇ। ਅਤੇ ਵੀਰਾਂ ਮੈਂ ਹਾਜ਼ਰ ਹਾਂ ਸਾਰਿਆਂ ਵਾਸਤੇ ਹਾਜ਼ਰ ਹਾਂ, ਅਤੇ ਇਨਸ਼ਾਅੱਲਾ ਮੈਂ ਸਾਰਿਆਂ ਜਿਹੜਾ ਮੈਨੂੰ ਵੀਡੀਓ ਬਣਾਉਣਾ ਚਾਹੇ ਉਹ ਵੀ ਬਣਾ ਸਕਦਾ। ਅਤੇ ਯੂਟਿਊਬ 'ਤੇ ਕਈ ਜਿਹੜੇ ਨਾ ਹੁੰਦੇ ਹੁਣ ਮਤੇ ਆ ਪੈਸਾ, ਇਹਦੇ 'ਚ ਬੜਾ ਪੈਸਾ ਆਉਂਦਾ, ਅਤੇ ਇਹਦੇ ਵਿੱਚ ਚਲੋ ਮੈਂ ਉਹ ਵੀ ਤੁਹਾਨੂੰ ਸੈਂਡ ਕਰਾਂਗਾ। ਚਲੋ ਮੇਰਾ ਹੁਣ ਪੈਸੇ ਵੀ ਸ਼ੁਰੂ ਹੋ ਗਏ ਨੇ ਕੱਲ੍ਹ ਤੋਂ, ਅਤੇ ਉਹ ਮੇਰਾ 3 ਲੱਖ ਵਿਊ 'ਤੇ ਜੇ $3 ਹੋਏ ਨੇ, ਅਤੇ ਤੁਹਾਨੂੰ ਹੋਵੇ ਨਾ ਇਹਦੇ 'ਚ ਕੋਈ ਬੜਾ ਜ਼ਿਆਦਾ ਪੈਸਾ ਹੈ, ਕੋਈ ਇਹਦੇ 'ਚ ਪੈਸਾ ਨਹੀਂ ਜੇ ਬਾਕੀ ਤੁਸੀਂ ਕਿਸੇ ਨੂੰ ਦੱਸਣ ਵਾਸਤੇ ਆਉਂਦੇ ਹੋ ਤਾਂ ਅੱਛੀ ਗੱਲ ਹੈ। ਚਲੋ ਇੰਝ ਜਿਹੜਾ ਨਵੇਂ ਨਵੇਂ ਮੁੰਡੇ ਨੇ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਵੱਧਦਾ, ਅਤੇ ਮੈਂ ਜਿਹੜਾ ਚੰਗੇ ਮੁੰਡੇ ਕਾਰੀਗਰ ਨੇ ਜਿਹੜਾ ਅੱਛਾ ਕੰਮ ਕਰਦੇ ਨੇ, ਮੈਂ ਇਨਸ਼ਾਅੱਲਾ ਉਹਨਾਂ ਸਪੋਰਟ ਕਰਾਂਗਾ। ਅਤੇ ਦੂਸਰੇ ਜਿਹੜੇ ਨੇ ਨਹੀਂ ਵੀ ਕਰਦੇ, ਮੇਰੇ ਨਾਲ ਕੋਈ ਮੁੰਡਾ ਮਿਲਣਾ ਚਾਹੁੰਦਾ, ਤੁਹਾਡਾ ਪਿਆਰ ਹੈ ਮੁਹੱਬਤ ਹੈ, ਅਤੇ ਮੈਂ ਇਨਸ਼ਾਅੱਲਾ ਹਾਜ਼ਰ ਹਾਂ ਵੀਰਾਂ ਵਾਸਤੇ। ਕਿਸ ਟਾਈਮ ਤੁਸੀਂ ਆਉਣਾ ਚਾਹੋ ਆ ਕੇ ਮੈਨੂੰ ਮਿਲ ਸਕਦੇ ਹੋ। ਅਤੇ ਦੂਸਰਾ ਜਿਹੜਾ ਇਹਦਾ ਕੰਮ ਦੇ ਬਾਰੇ ਚਲੋ ਗੱਲ ਕਰਨੀ, ਆਪਣੀ ਭਾਸ਼ਾ ਤੁਹਾਨੂੰ ਸਾਰੀ ਮੈਂ ਸੁਣਾਈ ਹੁਣ। ਅਤੇ ਚਲੋ ਮੈਂ ਥੋੜ੍ਹਾ ਮਾੜਾ ਗਾਈਡ ਕਰਨਾ ਜਾਂ ਚੰਗਾ ਕਰਨਾ, ਚਲੋ ਤੁਹਾਡਾ ਵੀਰਾਂ ਦਾ ਜਿਹੜਾ ਐਕਸੈਪਟ ਕਰਦੇ ਨੇ, ਵੀਰਾਂ ਦਾ ਪਿਆਰ ਹੈ। ਅਤੇ ਚਲੋ ਜਿਹਨਾਂ ਨੂੰ ਨਹੀਂ ਜਾਂ ਸਮਝ ਨਹੀਂ ਲੱਗਦੀ ਪੰਜਾਬੀ ਦੀ, ਮੈਂ ਉਰਦੂ ਵਿੱਚ ਨਹੀਂ ਬਣਾਉਂਦਾ, ਸਾਰੇ ਬਹਿੰਦੇ ਨੇ, ਅਤੇ ਇੱਥੇ ਜਿਹੜਾ ਨਾ ਗੱਲ ਕਰਨਾ ਦੱਸਣ ਵੀ ਬੜੀ ਹਿੰਮਤ ਹੁੰਦੀ ਹੈ। ਜਿਹੜਾ ਬੰਦਾ ਆਖੇ ਨਾ ਇੱਥੇ ਆ ਕੇ ਜਿਹੜਾ ਇਹ ਬੋਲਣ ਜਾਂ ਬੜਾ ਆਸਾਨ ਜਿਹਾ, ਕੋਈ ਆਸਾਨ ਨਹੀਂ। ਮੈਂ ਉਹ ਮੈਨੂੰ ਪਤਾ ਜਿੰਨਾ ਕੁ ਮੈਂ ਚਲੋ ਵੀਰਾਂ ਭਰਾਵਾਂ ਦਾ ਪਿਆਰ ਹੈ ਜਿਹੜਾ ਇੰਨਾ ਸਮਝਦੇ ਨੇ, ਇੱਜ਼ਤ ਦਿੰਦੇ ਨੇ। ਅਤੇ ਚਲੋ ਮੈਂ ਜਿੰਨੇ ਕੁ ਜੋ ਹੈ ਮੈਂ ਤੁਹਾਨੂੰ ਥੋੜ੍ਹਾ ਬੜਾ ਗਾਈਡ ਕਰਦਾ ਰਹਾਂ। ਅਤੇ ਚਲੋ ਵੀਡੀਓ ਸ਼ੁਰੂ ਕਰਨੀ ਆ ਹੁਣ, ਜਿਹੜਾ ਇੰਨੀ ਜ਼ਿਆਦਾ ਲੰਮੀ ਨਾ ਹੋ ਜਾਏ। ਇਹਦੀ ਜਿਹੜਾ ਤੁਹਾਨੂੰ ਅੱਗੇ ਵੀ ਜਿਹੜਾ ਮੈਂ ਇਹ ਕਹਿ ਦਿੱਤਾ ਹੋਵੇ, ਲਫ਼ਜ਼ ਤੁਹਾਨੂੰ ਕਹਿ ਦਿੱਤਾ ਹੋਵੇ, ਇਹ ਤੁਹਾਨੂੰ ਨਹੀਂ ਆਉਂਦੀ, ਤੁਸੀਂ ਕੋਈ ਕਦੀ ਕਾਮਯਾਬ ਨਹੀਂ ਹੋ ਸਕਦੇ। ਅਤੇ ਤੁਹਾਨੂੰ ਆਉਂਦਾ ਤਾਂ ਤੁਹਾਡੀ ਕਾਮਯਾਬੀ ਤੋਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਇਹ ਇੱਕ ਦਰਿਆ ਹੈ, ਇਹ ਤੁਸੀਂ ਪਾਰ ਕਰਨਾ ਅਤੇ ਕਾਮਯਾਬ ਹੋ, ਜੇ ਨਹੀਂ ਪਾਰ ਕੀਤਾ ਤਾਂ ਤੁਸੀਂ ਜਿਹੜਾ ਨਾਕਾਮ ਹੋ। ਅਤੇ ਡਿਜ਼ਾਇਨਿੰਗ ਦਾ ਕੰਮ ਜਿਹੜਾ ਉਹ ਇੱਕ ਸਮੁੰਦਰ ਹੈ, ਸਮੁੰਦਰ ਵਿੱਚ ਤੁਸੀਂ ਵੜ ਜਾਓ ਅਤੇ ਉਹਦਾ ਬੰਨਾ ਕੋਈ, ਉਹ ਤੁਸੀਂ ਜਿੰਨੀ ਦੂਰ ਜਾਣਾ ਚਾਹੋ ਤੁਰ ਜਾਓ, ਉਹਦਾ ਤੁਹਾਨੂੰ ਦੂਸਰਾ ਬੰਨਾ ਕੋਈ ਨਹੀਂ ਦਿਸਣਾ। ਅਤੇ ਇਹਦਾ ਜਿਹੜਾ ਲਾਜ਼ਮੀ ਹੈ ਜਿਹੜਾ ਤੁਸੀਂ ਤੁਹਾਨੂੰ ਦਾ ਅਤੇ ਤੁਹਾਡਾ ਚੰਗੀਆਂ ਕਾਰੀਗਰਾਂ ਜਿੰਨਾ, ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ ਤੁਹਾਡਾ ਭੈੜਿਆਂ ਕਾਰੀਗਰਾਂ ਜਿੰਨਾ। ਠੇਕੇਦਾਰਾਂ ਕੋਈ ਮੁੰਡੇ ਕੰਮ ਕਰਦੇ ਨੇ, ਅਕਸਰ ਤੁਸੀਂ ਠੇਕੇਦਾਰਾਂ ਕੋਲ ਹੁੰਦੇ ਹੋ ਜਾਂ ਵਿੱਚ ਮੁੰਡਾ ਆਉਂਦੇ ਨੇ, ਫਲਾਣਾ ਮੁੰਡਾ ਯਾਰ ਚੰਗਾ ਕੰਮ ਕਰਦਾ, ਉਹ ਸਿਰਫ ਉਹਨਾਂ ਇਹ ਚੀਜ਼ਾਂ ਦਾ ਪਤਾ ਹੁੰਦਾ, ਉਹ ਇਸ ਤਰੀਕੇ ਨਾਲ ਕਰਦਾ ਅਤੇ ਉਹ ਚੰਗਿਆਂ ਵਿੱਚ ਉਹਦਾ ਨਾਂ ਹੈ। ਜੇ ਤੁਸੀਂ ਉਹ ਪੱਤਰਾਂ ਮੈਂ ਤੁਹਾਨੂੰ ਦੱਸਣਾ ਕਿ ਕਰਕੇ ਤੁਸੀਂ ਇਹ ਚੀਜ਼ਾਂ ਨਾਂ ਤੁਹਾਡੇ 'ਚ ਆਉਂਦੀਆਂ ਅਤੇ ਤੁਸੀਂ ਉਹ ਤੁਹਾਡਾ ਨਾਂ ਭੈੜਿਆਂ ਵਿੱਚ ਆਵੇਦਾ ਆਖੇ ਦਾ ਭੈੜੇ ਕਾਰੀਗਰਾਂ ਵਿੱਚ, ਅਤੇ ਉਹ ਵੀ ਸਾਡੇ ਭਰਾ ਨੇ ਅਤੇ ਉਹ ਵੀ ਸਾਰੇ ਭਰਾ ਹੋ ਮੇਰੇ। ਅਤੇ ਬਾਕੀ ਤੁਸੀਂ ਇਹ ਚੀਜ਼ ਜਿਹੜਾ ਸਮਝਦੇ ਇਸ ਤਰੀਕੇ ਨਾਲ ਕਰੋ ਅਤੇ ਤੁਹਾਡੀ ਇੱਜ਼ਤ ਹੋਵੇਗੀ ਅਤੇ ਤੁਹਾਨੂੰ ਅੱਲਾ ਪਾਕ ਕੰਮ ਵੀ ਹੋਰ ਤੁਹਾਡੇ ਕਾਰੋਬਾਰ ਵਿੱਚ ਵੀ ਬਰਕਤ ਪਾਏਗਾ। ਅਤੇ ਚਲੋ ਸ਼ੁਰੂ ਕਰਦੇ ਹਾਂ। ਅੱਛਾ, ਸਭ ਤੋਂ ਪਹਿਲਾਂ ਜਿਹੜਾ ਨਾ ਤੁਸੀਂ ਇੱਕ ਵੱਟੀ ਮਾਰ ਦਿਓ ਥੱਲੇ, ਇਹ ਕੋਰੇ ਤਿਆਰ ਵੀਡੀਓ ਬਣਾਈ ਤਾਂ ਉਹ ਤੁਹਾਨੂੰ ਜਿਹੜਾ ਸਮਝ ਨਹੀਂ ਸੀ ਉਵੇਂ ਗੱਲਾਂ ਨਾਲ, ਅਤੇ ਬਾਕੀ ਨਾਲ ਨਾਲ ਮੈਂ ਤੁਹਾਨੂੰ ਕਰਕੇ ਦੱਸਣਾ ਇਸ ਤਰੀਕੇ ਨਾਲ ਤੁਹਾਨੂੰ ਜਿਹੜਾ ਦੀ ਸਮਝ ਆ ਜਾਵੇ। ਇੱਕ ਤੁਸੀਂ ਵੱਟੀ ਮਾਰ ਦਿਓ, ਕਈ ਮੁੰਡਿਆਂ ਜਿਹੜਾ ਇਸ ਚੀਜ਼ਾਂ ਦਾ ਨਹੀਂ ਪਤਾ ਹੁੰਦਾ, ਮੈਂ ਤਾਂ ਇਹ ਚੀਜ਼ਾਂ ਦੱਸਦਾ ਵੀ ਕੋਈ ਨਹੀਂ ਜੇ ਇਹ ਕੋਪਨੀਆਂ ਦੇ ਵਿੱਚ ਜਿਹੜਾ ਨਾ
ਇਹਦੇ ਤਨਖਾਹ 'ਤੇ ਬੰਦਾ ਰੱਖਿਆ ਹੁੰਦਾ ਜਿਹੜਾ ਚੀਜ਼ਾਂ ਦੱਸਦਾ ਜਾਂ ਇਸ ਤਰੀਕੇ ਨਾਲ ਕਰਵਾਉਂਦਾ ਅਤੇ ਉਹ ਵੀ ਬਸ ਦੱਸਦੇ ਨੇ ਜੀ ਕਰੋ ਜੀ ਇਹ ਕਿਉਂ ਕਰੋ ਜੇ ਕਰੋ ਉਹ ਕਰੋ ਅਤੇ ਹੋਰ ਵੀ ਲੱਖ ਲੱਖ ਰੁਪਈਆ ਉਹਨਾਂ ਦੀਆਂ ਤਨਖਾਹਾਂ ਨੇ ਸਿਰਫ ਇਹਨਾਂ ਚੀਜ਼ਾਂ ਦੀਆਂ ਅਤੇ ਇਹ ਤੁਹਾਨੂੰ ਪਤਾ ਹੋਵੇ ਅਤੇ ਤੁਸੀਂ ਇਕਦਮ ਜਿਹੜਾ ਇੰਜੀਨੀਅਰ ਜਾਂ ਜਿੱਥੇ ਕੋਪੀਆਂ ਕਰਦੇ ਹੋ ਠੇਕੇ ਦਾ ਕੰਮ ਕਰਦੇ ਹੋ ਜਾਂ ਆਪਣਾ ਕਰਦੇ ਹੋ ਅਤੇ ਤੁਹਾਨੂੰ ਕੋਈ ਮਸਲਾ ਟੈਨਸ਼ਨ ਨਹੀਂ ਬਣਨ ਲੱਗੀ ਅਤੇ ਚਲੋ ਇੱਕ ਤਾਂ ਜਿਹੜਾ ਨਾ ਵੱਟੀ ਨਾ ਮਾਰਿਆ ਕਰੋ ਵੱਟੀ ਮਾਰਨ ਦੇ ਨਾਲ ਜਿਹੜਾ ਹੁੰਦਾ ਨਾ ਇਹ ਹੁੰਦੇ ਅਤੇ ਇੱਥੇ ਇਕਦਮ ਬਰੀਕ ਹੁੰਦੀ ਹੈ ਇਕਦਮ ਜਿਹੜਾ ਮੋਟੀ ਰੇਤ ਹੁੰਦੀ ਹੈ ਅਤੇ ਉਹ ਰੇਤ ਜਿਹੜੀ ਹੈ ਵੱਟੀ ਜਿਹੜੀ ਹੁੰਦੀ ਉਹ ਰੇਤ ਨੂੰ ਭੀ ਦਿੰਦੀ ਹੈ ਮਸਾਨ ਬੰਦ ਕਰ ਦਿੰਦੀ ਹੈ ਉਹਦੇ 'ਤੇ ਟਾਈਮ ਵੀ ਜ਼ਿਆਦਾ ਲੱਗਦਾ ਅਤੇ ਉਹਦੇ ਨਾਲ ਜਿਹੜਾ ਨੁਕਸਾਨ ਹੀ ਹੁੰਦਾ ਬਾਕੀ ਕਈ ਬੰਦੇ ਹੁੰਦੇ ਨੇ ਕਿ ਮਾਲਕਾਂ ਜਾਂ ਕੰਮ ਕਿਹਦਾ ਲੱਗੇ ਹੋਈ ਉਹਨਾਂ ਦੀ ਹੁੰਦਾ ਜੀ ਤੂੰ ਵੱਟੀ ਨਹੀਂ ਮਾਰੀ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਅਤੇ ਬਾਕੀ ਤੁਸੀਂ ਪੱਤਰਾ ਮਾਰਿਆ ਕਰੋ ਪੱਤਰਾ ਭੈਣਾ ਮਾਰਨਾ ਪੱਤਰਾ ਮਾਰਨਾ ਹੁਣ ਸੀਲਿੰਗ ਹੋਈ ਹੈ ਤਾਂ ਉੱਤੇ ਛਿੱਟਾਂ ਛਿੱਟਾਂ ਡਿੱਗੀਆਂ ਹੋਈਆਂ ਪਲਾਸਟਿਕ ਸ਼ੀਟਾਂ ਹੁੰਦੀਆਂ ਜਾਂ ਸੀਮਟ ਹੁੰਦਾ ਜੇ ਨਹੀਂ ਵੀ ਸੀਲਿੰਗ ਹੋਏ ਥੱਲੇ ਸੀਮਟ ਕਦੋਂ ਡਿੱਗੀ ਜਾਂ ਕਦੋਂ ਜ਼ਿਆਦਾ ਉਹ ਤੁਸੀਂ ਇਸ ਤਰੀਕੇ ਨਾਲ ਨਾ ਅੱਛਾ ਇਸ ਤਰੀਕੇ ਨਾਲ ਤੁਸੀਂ ਪੱਤਰਾ ਲਾ ਲੈਣਾ ਅਕਸਰ ਤੁਸੀਂ ਜਿਹੜਾ ਨਾ ਇਸੇ ਤਰੀਕੇ ਨਾਲ ਪੱਤਰਾ ਮਾਰਦੇ ਮੁੜੇ ਕਿਸੇ ਨੇ ਹੈਲਪਰ ਰੱਖੀਦਾ ਹੈਲਪਰ ਨਾ ਆ ਲੈਂਦਾ ਲੈ ਯਾਰ ਪੱਤਰਾ ਲਾ ਹੈਲਪਰ ਕੀ ਕਰਦੇ ਨੇ ਚੱਲੇ ਹੁੰਦੇ ਨੇ ਸਿਰੇ 'ਤੇ ਜਨਾਬ ਮੈਂ ਉੱਤੇ ਰੇਤ ਪੈਂਦੀ ਹੈ ਮੈਂ ਚੱਲ ਜਾਂਦੇ ਨੇ ਚਲੋ ਇਕਦਮ ਮਾਰ ਦਿੱਤਾ ਕੋਈ ਐਸੀ ਜਗ੍ਹਾ ਵਿੱਚ ਛੱਡ ਜਾਂਦੇ ਨੇ ਜਿਹੜੀ ਜਗ੍ਹਾ ਵਿੱਚ ਛੱਡ ਜਾਂਦੇ ਨੇ ਜੇ ਆ ਲਾਇਆ ਪੱਤਰਾ ਲਾ ਰਹੇ ਬਸ ਉਹ ਆਖਦੇ ਜੀ ਮਾਰ ਦਿੱਤਾ ਪੱਤਰਾ ਲਾ ਦਿੱਤਾ ਅਤੇ ਉਹ ਵਿੱਚ ਕੋਈ ਜਗ੍ਹਾ ਮਿਸ ਕਰ ਲਿਆ ਜਿਹੜੀ ਉਹਦੇ ਵਿੱਚ ਰੇਤ ਉੱਥੋਂ ਪੱਤਰਾ ਵੀ ਕੋਈ ਨਹੀਂ ਲੱਗਿਆ ਹੁੰਦਾ ਬਾਕੀ ਉਸ ਤੋਂ ਬਾਅਦ ਪੱਤਰਾ ਸਿਰਫ ਲਾ ਲੈਣਾ ਮੋਟਾ ਮੋਟਾ ਨਾ ਸਿਰਫ ਇਹ ਚੀਜ਼ਾਂ ਦੇ ਉਸ ਤੋਂ ਬਾਅਦ ਜਿਹੜਾ ਵੱਟੀ ਨਹੀਂ ਮਾਰਨੀ ਇਹ ਇੱਕ ਵੱਟੀ ਟਾਈਮ 'ਤੇ ਇੱਕ ਰੇਕ ਮਾਰੇ ਕਈ ਕਾਰੀਗਰਾਂ ਨੂੰ ਪਤਾ ਅਤੇ ਇਸਤੇਮਾਲ ਕਰਦੇ ਨੇ ਕਈਆਂ ਨੇ ਇਸ ਦਾ ਵੀ ਨਹੀਂ ਪਤਾ ਇਹ ਸਾਡੇ 300 ਦਾ ਜਿਹੜਾ ਇਹ ਲੱਭਦਾ ਇਹ ਇੱਕ ਬਿਲਡਿੰਗ ਜਿਹੜੀ ਨਾ ਕੋਠੀ ਨਾ ਅੰਦਰੋਂ ਬਾਹਰੋਂ ਜਿਹੜਾ ਉਹ ਇਹ ਪੱਤਾ ਜਿਹੜਾ ਲੱਗ ਜਾਂਦਾ ਫਿਰ ਵੀ ਜਿਹੜਾ ਠੀਕ ਰਹਿੰਦਾ ਇਹ ਜਿਹੜਾ ਇਹਦੀ ਇਹ ਚੀਜ਼ ਘਸ ਜਾਂਦੀ ਹੈ ਥੋੜ੍ਹੀ ਜਿਹੀ ਇਹਦੀ ਇਹ ਚੀਜ਼ ਜਿਹੜਾ ਨਾ ਘਸ ਜਾਂਦੀ ਹੈ ਥੋੜ੍ਹੇ ਜਿਹਾ ਮਸਲਾ ਇਹਦੇ ਵਿੱਚ ਆਪਣੇ ਹੱਥ ਪਾ ਕੇ ਨਹੀਂ ਰੇਗ ਮਾਰ ਮਾਰਨਾ ਇਹ ਚੀਜ਼ ਜਿਹੜੀ ਨਾ ਇਸ ਤਰੀਕੇ ਨਾਲ ਹੱਥ ਪਾ ਕੇ ਰੇਗ ਮਾਰਨੀ ਮਾਰਨਾ ਇਹਦਾ ਤਰੀਕਾ ਆਇਆ ਹੈ ਇਸ ਤਰੀਕੇ ਨਾਲ ਜਿਹੜਾ ਰੇਗ ਮਾਰ ਮਾਰਨਾ ਨਹੀਂ ਲੱਗਦਾ ਵੱਟੀ ਨੂੰ ਟਾਈਮ ਥੋੜ੍ਹਾ ਲੱਗਦਾ ਉਸ ਤੋਂ ਬਾਅਦ ਜਿਹੜਾ ਇਹਦੇ 'ਤੇ ਜਿਹੜਾ ਅੱਛਾ ਉਸ ਤੋਂ ਬਾਅਦ ਜਿਹੜਾ ਇਹਦੇ 'ਤੇ ਟਾਈਮ ਵੀ ਥੋੜ੍ਹਾ ਲੱਗਦਾ ਉਸ ਤੋਂ ਬਾਅਦ ਜਿਹੜਾ ਤੁਸੀਂ ਇਹ ਝਾੜੂ ਲੈ ਲੈਣਾ ਝਾੜੂ ਲੈ ਕੇ ਇਹਦੇ 'ਤੇ ਦੀਵਾਰ 'ਤੇ ਲਾਉਣਾ ਤੁਸੀਂ ਰੇਤ ਝਾੜ ਲੈਣੀ ਹੈ ਬਿਲਕੁਲ ਸਾਰੀ ਅਤੇ ਇਹ ਰੇਗ ਮਾਰ ਇਸ ਤਰੀਕੇ ਨਾਲ ਤੁਸੀਂ ਮਾਰਨਾ ਇਹ ਰੇਗ ਮਾਰ ਇਹ ਬੜਾ ਸਖਤ ਰੇਗ ਮਾਰ ਹੁੰਦਾ ਇਹਦੇ ਹੇਠੋਂ ਜਿਹੜਾ ਤੁਸੀਂ ਸੀਮੈਂਟ ਜਿਹੜਾ ਨਾ ਉਹ ਟੋਏ ਕੱਢ ਦਿਓ ਇਹ ਹਲਕਾ ਹਲਕਾ ਜਿਹੜਾ ਇਸ ਤਰੀਕੇ ਨਾਲ ਮਾਰਨਾ ਇਹਦੇ 'ਚ ਟੋਇਆ ਨਾ ਪਵੇ ਬਸ ਇਹਦਾ ਮਕਸਦ ਇਹੀ ਹੁੰਦਾ ਜਿਹੜੀ ਉੱਤੇ ਫਾਲਤੂ ਰੇਤ ਹੁੰਦੀ ਹੈ ਉਹਨੂੰ ਝਾੜਨਾ ਅਤੇ ਅਕਸਰ ਤੁਸੀਂ ਪਿੰਡਾਂ ਵਿੱਚ ਜਿਹੜਾ ਨਾ ਜਿੱਥੇ ਫਿਲਮ ਹੋ ਜਾਂਦੀ ਉੱਥੇ 'ਤੇ ਇਹ ਚੀਜ਼ ਖਤਮ ਹੋ ਜਾਂਦੀ ਹੈ ਅਤੇ ਅਕਸਰ ਪਿੰਡਾਂ ਦੇ ਵਿੱਚ ਜਿਹੜਾ ਤੁਸੀਂ ਕਰਦੇ ਹੋ ਕੰਮ ਅਤੇ ਉੱਥੇ ਜਿਹੜਾ ਨਾ ਫਿਲਮ ਕੋਈ ਨਹੀਂ ਕਰਦੇ ਡਾਇਰੈਕਟ ਹੀ ਜਿਹੜਾ ਡਿਸਟੈਂਪਰ ਬ੍ਰਹਮੇ ਡਿਸਟੈਂਪਰ ਮਾਰ ਦਿੰਦੇ ਨੇ ਉਹ ਰਾਤ ਨੂੰ ਜਿਸ ਟਾਈਮ ਬੈਠ ਪੜਦੀ ਹੈ ਉਹ ਜਨਾਬ ਮੋਟੀ ਮੋਟੀ ਰੇਤ ਉਹ ਸਾਰੀ ਦੀਵਾਰਾਂ ਵਿੱਚੋਂ ਦਿਸਦੀ ਹੈ ਨਜ਼ਰ ਆ ਰਹੀ ਹੁੰਦੀ ਹੈ ਉਹਨੇ ਕੱਢ ਰਹੀ ਹੁੰਦੀ ਹੈ ਅਤੇ ਇਹ ਤੁਸੀਂ ਇਸ ਤਰੀਕੇ ਨਾਲ ਕਰੋ ਫਿਰ ਇਹਦੇ ਤੁਸੀਂ ਫਿਲਮ ਨਹੀਂ ਵੀ ਕਰਦੇ ਇਸ ਤਰੀਕੇ ਨਾਲ ਥੱਲੇ ਰੇਤ ਮਾਰ ਦਿੱਤਾ ਇਹ ਮਿਹਨਤ ਹੈ ਅਤੇ ਤੁਸੀਂ ਮਿਹਨਤ ਕਰਨੀ ਹੈ ਇਹ ਚੀਜ਼ ਤੁਹਾਡੀ ਠੀਕ ਹੈ ਤੁਹਾਡਾ ਕੋਈ ਕੰਮ ਜਿਹੜਾ ਬੰਦਾ ਫੇਲ ਨਹੀਂ ਕਰ ਸਕਦਾ ਕਿ ਇਹ ਤੁਸੀਂ ਇਹ ਅਸੀਂ ਲਾਉਂਦੇ ਹਾਂ ਮੁੜਾ ਲਾਉਂਦੇ ਹਾਂ ਜੀ ਇਹ ਜਾਂ ਰੇਗ ਮਾਰ ਮਾਰ ਉਹ ਕਦਮ ਲਾ ਦਿੰਦੇ ਨੇ ਕਦਮ ਛੱਡ ਜਾਂਦੇ ਨੇ ਉਹ ਜਿੱਥੇ ਛੱਡ ਜਾਂਦੇ ਨੇ ਉੱਥੋਂ ਜਿਹੜਾ ਰੇਤ ਦਿਸਦੀ ਹੁੰਦੀ ਹੈ
ਉੱਥੋਂ ਆਉਂਦੇ ਲੈ ਮੈਂ ਮਗਰੂ ਲਾ ਦਿੱਤਾ ਕੰਮ, ਅਤੇ ਇਹ ਤੁਸੀਂ ਤੁਹਾਡੇ ਵਾਸਤੇ ਜ਼ਰੂਰੀ ਆ, ਇਸ ਚੀਜ਼ 'ਤੇ ਗੌਰ ਕਰਿਆ ਕਰੋ, ਇਹ ਚੀਜ਼ ਲਾਜ਼ਮੀ ਵੀ ਰੱਖਿਆ ਕਰੋ, ਉੱਤੇ ਆ ਕੇ ਜਿਹੜਾ ਉਹ ਨਹੀਂ ਮਸਲਾ ਬਣਦਾ ਇੱਥੇ, ਇਹ ਚੀਜ਼ ਜਿਹੜਾ ਆਪ ਜਿਹੜਾ ਵੀ ਮੁੰਡਾ ਉਸਤਾਦ ਹੈ ਜਾਂ ਜਿਹੜਾ ਮੁੰਡਾ ਕਰਨਾ ਚਾਹੁੰਦਾ ਜਾਂ ਸ਼ੌਕ ਹੈ ਜਿਹੜਾ ਕਾਮਯਾਬ ਹੋਣਾ ਚਾਹੁੰਦਾ ਉਹ ਚੀਜ਼ਾਂ ਹੈ ਜਿਹੜਾ ਇਹ ਚੀਜ਼ 'ਤੇ ਧਿਆਨ ਦੇਵੇ, ਉੱਤੇ ਆ ਕੇ ਜਿਹੜਾ ਉਹ ਨਹੀਂ ਮਸਲਾ ਬਣਦਾ ਜੇ ਤੁਸੀਂ ਥੱਲੇ ਮਿਹਨਤ ਕਰ ਲਓ। ਉੱਤੇ ਆ ਕੇ ਤੁਸੀਂ ਇੱਕ ਜਿਹੜਾ ਫਿਲਮ ਜ਼ਿਆਦਾ ਚਾੜਨੀ ਪੈਂਦੀ ਹੈ ਇਹਦੇ 'ਤੇ, ਫਿਲਮ ਵੀ ਤੁਸੀਂ ਇਸ ਤਰੀਕੇ ਨਾਲ ਬੇਸ ਬਣਾਉਂਦੇ ਹੋ ਅਤੇ ਫਿਲਮ ਵੀ ਥੋੜ੍ਹੀ ਲਾਉਣੀ ਪੈਂਦੀ ਹੈ, ਛੇਕੇ ਵੀ ਫਿਲਮ ਲਾਓ ਕਮੀ ਹੋ ਜਾਂਦੀ ਹੈ, ਅਤੇ ਤੁਸੀਂ ਰੇਤ ਮਾਰਦੇ ਪੱਤਰਾ ਜਾਂ ਰੇਤ ਮਾਰ ਨਹੀਂ ਸਹੀ ਮਾਰਦੇ, ਕਈਆਂ ਦੇ ਨਾਲ ਅਸੀਂ ਜੀ ਪੱਤਰਾ ਮਾਰ ਲੈਂਦੇ, ਪੱਤਰਾ ਜਿਹੜਾ ਉਹਦੇ ਨਾਲ ਲਾਜ਼ਮੀ ਰੇਤ ਮਾਰ ਲਓ ਅਤੇ ਉਹ ਤੁਹਾਨੂੰ ਉੱਤੇ ਆ ਕੇ ਬੜੀ ਆਸਾਨੀ ਹੋਵੇਗੀ, ਤੁਹਾਡਾ ਕੰਮ ਵੀ ਸਫਾਈ ਵਿੱਚ ਹੋਵੇਗਾ, ਤੁਹਾਡਾ ਟਾਈਮ ਵੀ ਥੋੜ੍ਹਾ ਲੱਗੇਗਾ। ਫਿਰ ਤੁਸੀਂ ਇੱਕ ਦਿਹਾੜ ਥੱਲੇ ਲਾ ਲਓ, ਬਾਅਦ ਲਾ ਲਓ, ਦੋ ਲੱਗ ਜਾਣਦੀਆਂ, ਬਾਕੀ ਉਹ ਥੱਲੇ ਲਾ ਲਓ, ਜਿਹੜਾ ਉੱਤੇ ਟਾਈਮ ਲਾਉਂਦੇ ਹੋ ਤਾਂ ਕੰਮ ਵੀ ਨਹੀਂ ਉਹ ਫੇਲ ਹੀ ਹੋ ਜਾਂਦਾ। ਅਤੇ ਜਿੱਦਾਂ ਤੁਸੀਂ ਕੋਈ ਫਰੂਟ ਲੈਣ ਜਾਂਦੇ ਹੋ ਨਾ ਅਤੇ ਰੇਹੜੀ 'ਤੇ, ਉੱਥੇ ਜਾ ਕੇ ਤੁਸੀਂ ਮਾਲਟਾ ਜਾਂ ਕੋਈ ਵੀ ਚੀਜ਼ ਲਾਓ ਨਾ, ਮਾਲਟੇ ਵੀ ਤੁਸੀਂ ਲੈਂਦੇ ਹੋ, ਉੱਥੇ ਦਾਣੇ ਟੋਂਦੇ ਹੋ, ਇੱਕ ਦਾਣਾ ਟੋਇਆ ਦੂਜਾ ਦਾਣਾ ਟੋਇਆ, ਉਹ ਦੋਵੇਂ ਦਾਣੇ ਪਹਿਲੇ ਚੰਗੇ ਹੋ ਜਾਣ ਨਾ ਠੀਕ ਹੋਣ ਅਤੇ ਫਿਰ ਤੁਸੀਂ ਸਾਰੀ ਢੇਰੀ ਨਹੀਂ ਟੋਂਦੇ, ਅਤੇ ਉਹ ਪਹਿਲਾਂ ਹੱਥ ਲਾਓ ਨਾ ਅਤੇ ਇੱਕ ਹੱਥ ਲਾਉਂਦੇ ਹੋ ਅਤੇ ਉਹਦੇ 'ਚ ਦਾਣਾ ਜਨਾਬ ਉਹ ਗਲਿਆ ਆਉਂਦਾ ਜਾਂ ਫਿਸਿਆ ਆਉਂਦਾ, ਉਹ ਫਿਰ ਜਨਾਬ ਦੂਸਰਾ ਟੋਂਦੇ ਹੋ, ਫਿਰ ਤੁਸੀਂ ਸਾਰੇ ਦਾਣੇ ਢੋਹ ਕੇ ਰੱਖਦੇ ਹੋ, ਉਹ ਤਾਂ ਵਾਸਤੇ ਢੋਹ ਕੇ ਰੱਖਦੇ ਹੋ ਮਤੇ ਕੋਈ ਖਰਾਬ ਨਾ ਹੋਵੇ, ਤਾਂ ਦੋ ਤਿੰਨ ਦਾਣੇ ਜਿਹੜੇ ਉਹ ਪਹਿਲੇ ਦੋ ਦਾਣੇ ਟੋਏਦੇ ਨੇ ਉਹ ਠੀਕ ਹੋਣ ਨਾ ਅਤੇ ਫਿਰ ਦੂਸਰੇ ਨਹੀਂ ਟੋਂਦਾ ਬੰਦਾ ਤਾਂ ਸਾਰੇ ਠੀਕ ਨੇ, ਜੋ ਪਹਿਲੇ ਟੋਏ ਆ ਦੋਵੇਂ ਜਾਂ ਪਹਿਲੇ ਟੋਏ ਆ ਖਰਾਬ ਹੋਵੇ ਸਾਰੇ ਜਿਹੜਾ ਢੋ ਕੇ ਰੱਖੇ। ਇਸੇ ਤਰੀਕੇ ਨਾਲ ਉਹ ਸਿਸਟਮ ਹੈ ਸਾਰੀ ਗੱਲਬਾਤ, ਸਿਰਫ ਇਹ ਗੱਲਾਂ ਤਾਂ ਬੰਦ ਕਰ ਰਿਹਾ ਦੱਸ ਰਿਹਾ ਤੁਹਾਨੂੰ ਸਮਝ ਆਵੇ, ਮਕਸਦ ਤਾਂ ਤੁਹਾਨੂੰ ਸਿਰਫ ਸਮਝਾਉਣ ਦਾ, ਠੀਕ ਹੈ, ਤੁਹਾਨੂੰ ਇਹਦੀ ਸਮਝ ਨਾ ਰਹੇ ਤਾਂ ਫਿਰ ਮੇਰਾ ਫਾਇਦਾ ਕੋਈ ਨਹੀਂ ਹੈ ਦੱਸਣ ਦਾ ਸਮਝਾਉਣ ਦਾ, ਫਿਰ ਤਾਂ ਮੈਂ ਉਹੀ ਜਿਹੜਾ ਵੀਡੀਓ ਤਾਂ ਮੈਂ ਉਹੀ ਬਣਾ ਸਕਣਾ ਅਤੇ ਉਹਦੇ 'ਤੇ ਵੀ ਮੈਂ ਲਾਈਕ ਆ ਜਾਣੇ ਨੇ, ਉਹਦੇ 'ਤੇ ਵੀ ਕਮੈਂਟ ਆ ਜਾਣੇ ਨੇ। ਅਤੇ ਜਿਹੜਾ ਵੀ ਭਰਾ ਆਖੇ ਆਉਂਦਾ ਕਾਰੀਗਰ ਆਖੇ ਮੇਰੇ ਤੁਸੀਂ ਨਹੀਂ ਚੰਗੇ ਕਾਰੀਗਰ ਨੇ, ਕੋਈ ਆਖੇ ਜੀ ਇਹਦੇ ਤਰੀਕਾ ਗਲਤ ਹੈ, ਇਹ ਚੀਜ਼ ਜਿਹੜਾ ਨਹੀਂ ਸਹੀ, ਉਹ ਜਨਾਬ ਮੈਨੂੰ ਦੱਸ ਸਕਦਾ, ਮੈਸੇਜ ਵੀ ਕਰ ਸਕਦਾ, ਮੇਰਾ ਨੰਬਰ ਮੈਨੂੰ ਕਾਲ ਵੀ ਕਰ ਸਕਦਾ, ਮੈਂ ਜਨਾਬ ਉਹਦੇ ਕੋਲ ਜਾਣਦਾ ਵੀ ਵੀਡੀਓ ਵੀ ਬਣਾਉਂਦਾ, ਜੇ ਉਹਦੇ ਕੋਲ ਟਾਈਮ ਨਾ ਆਇਆ ਉਹਦੇ ਕੋਲ ਬਣਵਾਉਂਦਾ, ਉਹ ਜਨਾਬ ਤੁਹਾਨੂੰ ਦੱਸੇਗਾ, ਚਲੋ ਵੀ ਤੁਹਾਡਾ ਐਕਸਪੀਰੀਅੰਸ ਵਧੇਗਾ ਮੇਰਾ ਵੀ ਵਧੇਗਾ, ਅਤੇ ਬਾਕੀ ਇਹ ਚੀਜ਼ਾਂ ਕੋਈ ਨਹੀਂ ਜੇ ਦੱਸਦਾ ਇਹ ਬੰਦਾ, ਇਹ ਜਿਹਨਾਂ ਨੂੰ ਦੋ ਚਾਰ ਚੀਜ਼ਾਂ ਆਉਂਦੀਆਂ ਨਾ ਕੋਪਨੀਆਂ ਦੇ ਵਿੱਚ ਤੁਸੀਂ ਸੁਸਾਇਟੀਆਂ ਵਿੱਚ, ਇਹਨਾਂ ਦੇ ਲੱਖ ਲੱਖ 50-50 ਹਜ਼ਾਰ ਬੰਦਾ ਜਿਹੜਾ ਇਹ ਚੀਜ਼ਾਂ ਫੋਰਮੈਨ ਆਉਂਦੇ ਨੇ, ਇਹ ਇਹਨਾਂ ਦੀਆਂ ਤਨਖਾਹਾਂ ਆਉਂਦੀਆਂ ਨੇ, ਸਿਰਫ ਉੱਤੇ ਤੁਹਾਡੇ ਫੇਰਾ ਲਾ ਕੇ ਚੈੱਕ ਕਰਦੇ ਨੇ, ਸਿਰਫ ਇਹ ਦੱਸਣ ਦੇ ਪੈਸੇ ਲੈਂਦੇ ਨੇ, ਇਹਨੇ ਇੰਨੀਆਂ ਤਨਖਾਹਾਂ ਆਉਂਦੀਆਂ ਨੇ, ਅਤੇ ਤੁਹਾਨੂੰ ਆਪ ਇਹ ਪਤਾ ਹੋਣਾ ਚਾਹੀਦਾ, ਇੱਕਦਮ ਹਰ ਜਗ੍ਹਾ 'ਤੇ ਕੋਪਨੀਆਂ 'ਚ ਹੁੰਦਾ ਬੰਦੇ ਤਨਖਾਹਾਂ 'ਤੇ ਰੱਖਦੇ ਨੇ, ਅਤੇ ਘਰਾਂ ਵਿੱਚ ਕੋਈ ਨਹੀਂ ਰੱਖਦੇ, ਘਰਾਂ ਵਿੱਚ ਬੰਦੇ ਆਪ ਹੀ ਚੈੱਕ ਕਰਨਾ ਹੁੰਦਾ ਜਿੰਨਾ ਕੋਈ ਸਮਝਦਾ ਹੁੰਦਾ, ਅਤੇ ਬਾਕੀ ਤੁਸੀਂ ਇਹ ਚੀਜ਼ਾਂ ਆਪ ਕਰੋ ਦੇ ਨਾ, ਇਹਦੇ ਵਿੱਚ ਤੁਹਾਡੀ ਇੱਜ਼ਤ ਹੋਵੇ ਅਤੇ ਤੁਹਾਡਾ ਨਾਂ ਹੋਵੇ, ਤਾਂ ਬਾਕੀ ਬੰਦਾ ਕੋਈ ਐਸਾ ਹੁੰਦਾ, ਚਲੋ ਉਸ ਟਾਈਮ ਦੇ ਬਾਅਦ ਵਿੱਚ ਕੋਈ ਬੰਦਾ ਐਸਾ ਆ ਜਾਂਦਾ ਉਹ ਇਸ ਚੀਜ਼ ਨੂੰ ਕੰਮ ਨੂੰ ਸਮਝਦਾ ਹੁੰਦਾ ਅਤੇ ਫਿਰ ਉਹ ਵੀ ਤਾਰੀਫ ਕਰਦਾ, ਉਹ ਵੀ ਆਉਂਦਾ ਨਹੀਂ ਯਾਰ ਤੁਹਾਡਾ ਕੰਮ ਸੋਹਣਾ ਹੋ ਗਿਆ। ਜੇ ਤੁਸੀਂ ਮਗਰੂਲਾ ਅੱਜ ਉਸ ਬੰਦੇ ਨੂੰ ਨਹੀਂ ਪਤਾ ਉਹਦਾ ਕੋਈ ਤਲਕ ਵਾਲਾ ਜੀ ਆਉਂਦਾ ਉਹ ਵਹਿੰਦਾ ਅਤੇ ਉਹ ਆਉਂਦਾ ਯਾਰ ਹੈ ਅਤੇ ਤੂੰ ਕੰਮ ਖਰਾਬ ਕਰਾ ਦਿੱਤਾ, ਅਤੇ ਗੱਲ ਹੈ ਇਹ ਚੀਜ਼ਾਂ ਲਾਜ਼ਮੀ ਕਰਿਆ ਕਰੋ, ਜਿਹੜਾ ਵੀ ਕੰਮ ਕਰਦਾ ਉਹ ਸ਼ੌਕ ਨਾਲ ਕਰਦਾ ਪੈਸੇ ਲਾਉਂਦਾ, ਅਤੇ ਇਸ ਟਾਈਮ ਜਿਹੜਾ ਕੋਈ ਚੂਨਾ ਸੀਮੈਂਟ ਤਾਂ ਹੁੰਦਾ ਕੋਈ ਨਹੀਂ, ਚਲੋ ਕਿੱਥੇ ਬੰਦਾ ਇਹ ਚੀਜ਼ਾਂ ਛੱਡ ਦੇ, ਚਲੋ ਹੈ ਨਹੀਂ, ਅਤੇ ਇਹ ਜਿਹੜਾ ਏਡੇ ਏਡੇ ਮਾਹ ਕੇ ਰੰਗ ਨੇ ਦੋ ਦੋ ਤਿੰਨ ਤਿੰਨ ਹਜ਼ਾਰ ਦੀ ਗੱਲ ਨੇ ਰੰਗ ਦੀ, ਜੇ ਉਹ ਤੁਸੀਂ ਲਾ ਉਹ ਇੰਨਾ ਖਰਚਾ ਕਰਦਾ, ਤੁਸੀਂ ਸਿਰਫ ਇੱਕ ਚੀਜ਼ ਤੋਂ ਠੇਕਾ ਜਿਹੜਾ ਠੀਕ ਮੁਕਾ ਲਿਆ ਕਰੋ, ਜਿੱਥੇ ਤੁਸੀਂ ਆਉਂਦੇ ਹੋ ਨਾ ਸਾਡਾ ਲੱਖ ਦਾ ਠੇਕਾ ਉੱਥੇ 1,10,000 ਲੈ ਲਿਆ ਕਰੋ, ਇਹ ਚੀਜ਼ ਜਿਹੜਾ ਚਲੋ ਟਾਈਮ ਤੁਹਾਡਾ ਲੱਗਦਾ ਤੁਹਾਨੂੰ ਹੈ ਜੇ ਸਮਝ ਦੋ ਸਾਨੂੰ ਘੱਟ ਹੈ, ਚਲੋ ਕੋਈ ਵੀ ਜਿਹੜਾ ਕੱਟ ਕੇ ਕੰਮ ਨਾ ਲਿਆ ਕਰੋ, ਕੱਟ ਕੇ ਕੰਮ ਲਓ ਉਹਦੇ ਤਾਂ ਫਿਰ ਜਨਾਬ ਤੁਸੀਂ ਫਿਰ ਕੱਟ ਕੇ ਜਿਸ ਟਾਈਮ ਤਿਆਰ ਬੰਦਾ ਮਜ਼ਦੂਰ ਬੰਦਾ ਉਹਦੇ ਇਹ ਹੀ ਹੁੰਦਾ ਯਾਰ ਮੈਂ ਰੋਜ਼ੀ ਜਿਹੜਾ ਕੋਈ ਦਿਹਾੜ ਮੈਂ ਹੀ ਪੈ ਜੇ, ਅਤੇ ਉਸ ਟਾਈਮ ਫਿਰ ਇਹ ਮਸਲੇ ਚੀਜ਼ਾਂ ਦੇ ਬਣ ਜਾਂਦੇ ਨੇ, ਅਤੇ ਬਾਕੀ ਜਿਹੜਾ ਨਾ ਕੋਸ਼ਿਸ਼ ਹੈ ਕਰਿਆ ਕਰੋ ਠੇਕਾ ਇੰਨਾ ਮੰਗ ਲਿਆ ਕਰੋ ਜਿਹੜਾ ਤੁਹਾਡੀ ਦਿਹਾੜ ਨਿਕਲ ਜਾਏ, ਤੁਹਾਡੀ ਰੋਜ਼ੀ ਜਿਹੜਾ ਚਲੋ ਤੁਸੀਂ ਹਰ ਬੰਦਾ ਜਿਹੜਾ ਉਹ ਕਰਦਾ ਆਪਣੇ ਬਾਲ ਬੱਚੇ ਵਾਸਤੇ ਬੱਚਿਆਂ ਵਾਸਤੇ ਕਰਦਾ ਜਾਂ ਰੋਟੀ ਵਾਸਤੇ ਕਰਦਾ, ਜੇ ਹੁਣ ਰੋਟੀ ਨਹੀਂ ਲੱਭਣੀ ਤਾਂ ਉਹਦਾ ਫਾਇਦਾ ਕੋਈ ਨਹੀਂ ਹੁੰਦਾ, ਅਤੇ ਇਹ ਮਸਲੇ ਉਸ ਟਾਈਮ ਬਣਦੇ ਨੇ ਆਪਣੇ ਬੰਦਾ ਜਲਦੀ, ਅਤੇ ਕਈ ਐਸੇ ਹੁੰਦੇ ਨੇ ਵੀ ਭਰਾ ਐਸੇ ਹੁੰਦੇ ਨੇ ਠੇਕਾ ਸਹੀ ਲੱਭੇ ਆ ਵੀ ਪੈਸੇ ਅਗਲੇ ਦਿੰਦੇ ਵੀ ਨੇ ਅਤੇ ਫਿਰ ਜਿਹੜਾ ਉਹ ਹੈ ਕੰਮ ਛੱਡ ਜਾਂਦੇ, ਲੈ ਬਹਿਣ ਕਿਹੜਾ ਪਤਾ, ਅਤੇ
ਉਹ ਵੀ ਚਲੋ ਮੈਂ ਅੱਗੇ ਜਾ ਕੇ ਥੋੜ੍ਹੀ ਤੁਹਾਡੇ ਨਾਲ ਗੱਲ ਕਰਨੀ ਹੈ, ਉਹ ਵੀ ਕਿੱਥੇ ਆ ਬਣਦਾ ਮਸਲਾ ਆ ਚੀਜ਼ ਕਾਰੀਗਰ ਜਿਹੜਾ ਕਰਦੇ ਨੇ। ਅਤੇ ਮੈਂ ਕੋਈ ਨਹੀਂ, ਮੈਂ ਕਿਸੇ ਕੋਲ ਪੁੱਛੀਆਂ ਨੇ, ਮੈਂ ਕੀਤੀਆਂ ਨੇ, ਛੱਡਿਆ ਸੀ ਮੈਂ। ਮੇਰੇ ਨਾਲ 20-25 ਮੁੰਡੇ ਹੁੰਦੇ ਨੇ ਅਤੇ ਮੈਂ ਸ਼ੁਰੂ ਤੋਂ ਉਸਤਾਦ ਨੂੰ ਛੱਡਿਆ ਅਤੇ ਠੇਕਾ ਆਪਣਾ ਹੀ ਲੈ ਕੇ ਕੰਮ ਕਰ ਰਿਹਾ। ਅਤੇ ਮੇਰੇ ਨਾਲ ਹਰ ਟਾਈਮ ਜਿਹੜਾ 15-20 ਮੁੰਡੇ ਕੰਮ ਕਰ ਰਹੇ ਹੁੰਦੇ ਨੇ। ਅਤੇ ਮੈਂ ਜਿਹੜਾ ਨਾ ਇੰਨਾ ਪਿੰਡਾਂ ਵਿੱਚ ਵੀ ਕੀਤਾ, ਸ਼ਹਿਰਾਂ ਵਿੱਚ ਵੀ ਕੀਤਾ, ਜ਼ਿਆਦਾ ਸ਼ਹਿਰਾਂ 'ਚ ਕੀਤਾ। ਅਤੇ ਮੈਂ ਇਹਦਾ ਸਾਰਾ ਜਿਹੜਾ ਨਾ ਇੱਕ ਨਿਚੋੜ ਕੱਢਿਆ। ਅਤੇ ਬਾਕੀ ਉਸ ਤੋਂ ਬਾਅਦ ਲਾ ਦਿੱਤਾ ਰੇਤ ਨਾਲ ਚਾਲ ਲਈ ਕੋਈ, ਇਹਦੇ 'ਚ ਫਿਰ ਰੇਤ ਜਿਹੜੀ ਹੈ ਨਾ ਇਹਦੇ ਤੋਂ ਰੇਤ ਕਿਰਦੀ ਰਹਿੰਦੀ ਹੈ। ਇਹਦੇ ਉੱਤੇ ਜਿਹੜਾ ਤੁਸੀਂ ਹੁਣ ਪ੍ਰੈਮ ਬਣਾਉਣਾ, ਅੱਛਾ ਇਹਦੇ ਉੱਤੇ ਤੁਸੀਂ ਪ੍ਰੈਮ ਜਿਹੜਾ ਨਾ, ਕਈ ਮੁੰਡੇ ਨਵੇਂ ਹਨ ਜਿਹੜਾ ਨਾ ਇਹ ਪਤਾ ਹੀ ਕੋਈ ਨਹੀਂ ਹੋਣਾ, ਇਹ ਤੇਲ ਵਾਲਾ ਜਿਹੜਾ ਨਾ ਆਇਲ ਵਾਲਾ ਪ੍ਰੈਮ ਬਣਾਉਂਦਾ, ਉਹ ਦੁਕਾਨਾਂ 'ਤੇ ਵੀ, ਕਈਆਂ ਦੁਕਾਨਾਂ 'ਤੇ ਵੀ ਹੁੰਦਾ ਜੇ ਨਾ ਮੰਗੀਏ ਤਾਂ ਉੱਥੇ ਕੋਈ ਨਹੀਂ ਹੁੰਦਾ। ਅੱਗੇ ਜਿਹੜਾ ਨਾ ਬੰਦੇ ਜਿਹੜਾ ਲਾਉਂਦੇ ਹੁੰਦੇ ਸਨ ਤੇਲ ਵਾਲਾ ਪ੍ਰੈਮਰ ਥੱਲੇ, ਹੁਣ ਜਿਹੜਾ ਪਾਣੀ ਵਾਲਾ ਲਾਇਦਾ, ਜਿਹੜਾ ਤੇਲ ਵਾਲਾ ਹੁੰਦਾ ਪ੍ਰੈਮਰ ਹੁੰਦਾ ਉਹਦੀ ਮਜ਼ਬੂਤੀ ਜ਼ਿਆਦਾ ਹੁੰਦੀ ਹੈ, ਜਿਹੜਾ ਦੂਸਰਾ ਪਾਣੀ ਵਾਲਾ ਹੁੰਦਾ ਇਹਦੀ ਵੀ ਮਜ਼ਬੂਤੀ ਹੁੰਦੀ ਹੈ। ਬਾਕੀ ਤੇਲ ਵਾਲੇ ਦਿਨ ਪ੍ਰੈਮਰ 'ਚ ਇੰਨੀ ਮਜ਼ਬੂਤੀ ਨਹੀਂ ਹੁੰਦੀ, ਉਹ ਚਲੋ ਉਹਦਾ ਖਰਚਾ ਜ਼ਿਆਦਾ ਪੈ ਜਾਂਦਾ, ਉਹਦੇ 'ਚ ਤੇਲ ਵੀ ਪੈਂਦਾ, ਇਹਦੇ 'ਚ ਪਾਣੀ ਪੈ ਜਾਂਦਾ, ਅਸੀਂ ਇਹ ਚੀਜ਼ਾਂ ਵਹਿੰਦੇ ਹਾਂ ਅਤੇ ਇਹ ਆਉਂਦੇ ਹਾਂ, ਚਲੋ ਸਾਨੂੰ ਵੀ ਆਸਾਨ ਹੁੰਦਾ। ਅਤੇ ਉਹਦੇ ਵਿੱਚ ਜਿਹੜਾ ਫਰਕ ਇੰਨਾ ਹੀ ਹੈ, ਕੁਛ 3-4 ਹਜ਼ਾਰ ਦਾ ਫਰਕ ਪੈ ਜਾਂਦਾ, 5 ਹਜ਼ਾਰ ਲੱਗ ਜਾਂਦਾ। ਅਗਲਿਆਂ ਦਾ ਲੱਗਣਾ ਹੁੰਦਾ, ਮਾਲਕਾਂ ਦਾ ਪੈਸਾ ਲਾਉਣਾ ਹੁੰਦਾ, ਜਿਹੜਾ ਪੈਸਾ ਏਡੀ ਕੋਠੀ ਬਣਾ ਲੈਂਦਾ ਜਾਂ ਅਤੇ ਉਹ ਹੁਣ ਦੱਸ, ਕੋਈ ਵੀ ਬੰਦਾ ਜਿਹੜਾ ਕੋਠੀ ਬਣਾਉਂਦਾ ਨਾ, ਮੈਂ ਜਿਹਨਾਂ ਦੀ ਗੱਲ ਕਰਦੇ ਹਾਂ ਕੰਮ ਹੋ ਚੱਲੇ ਨੇ 15-16 ਸਾਲ ਮੈਨੂੰ ਹੋ ਚੱਲੇ ਨੇ ਕੰਮ ਕਰਦਿਆਂ, ਅਤੇ ਅੱਜ ਤੱਕ ਮੈਨੂੰ ਐਸਾ ਕੋਈ ਬੰਦਾ ਨਹੀਂ ਵਿੱਚ ਪਤਾ ਹੁੰਦਾ ਆ ਬੰਦਾ ਮਾੜਾ ਹੈ, ਅਤੇ ਉੱਥੇ ਪਤਾ ਹੁੰਦਾ ਯਾਰ ਮਾੜਾ ਇਹਦਾ ਇੰਨਾ ਕੀ ਖਰਚਾ ਕਰਾਉਣਾ, ਜਾਂ ਉਹਦਾ ਗੱਲਬਾਤ ਤੋਂ ਪਤਾ ਹੁੰਦਾ, ਉਹਦੇ ਲਾਗ ਤੋਂ ਪਤਾ ਲੱਗ ਜਾਂਦਾ। ਅਤੇ ਜਿਹੜਾ ਦੂਸਰੇ ਬੰਦੇ ਐਸੇ ਜਿਹਨਾਂ ਕੋਠੀਆਂ ਬਣਾਈਆਂ ਕਰਦੇ ਨੇ, ਅਤੇ ਉਹ ਕੋਈ ਵੀ ਕਿਸੇ ਦਾ ਕੋਈ ਬੰਦਾ ਮਿਹਨਤ ਨਹੀਂ ਆਉਂਦਾ ਸਾਡੇ ਵਾਲੇ ਰੰਗ ਮਾੜਾ ਲਾਈ, ਇਹ ਜਾਂਦੇ ਨੇ ਰੰਗ ਜਿਹੜਾ ਤੂੰ ਦੱਸਣਾ ਅਤੇ ਇਹਨੂੰ ਚੰਗਾ ਲੱਗਦਾ ਉਹ ਲਾਈ, ਉਹ ਫਿਰ ਮੇਰੀ ਇਮਾਨਦਾਰੀ 'ਤੇ ਹੁੰਦਾ ਮੈਂ ਉਹ ਭੈੜਾ ਲਾ ਦਿਆਂ ਮੁਤਮਿਨ ਕਰ ਲਾਂ, ਜਾਂ ਮੈਂ ਜਿਹੜਾ ਉਹ ਚੰਗਾ ਲਾ ਲਾਂ, ਅਤੇ ਚੰਗਾ ਲਾਉਣ ਦਾ ਤਾਂ ਮੇਰੀ ਇੱਜ਼ਤ ਹੋਵੇ ਦੀ, ਅਤੇ ਮਾੜਾ ਲਾਉਣ ਦਾ ਬਾਕੀ ਉਹ ਅੱਲਾ ਦਾ ਵਿਹਲਾ ਹੁੰਦਾ, ਉਹਨਾਂ ਚਲੋ ਨਹੀਂ ਪਤਾ ਹੁੰਦਾ, ਉਹਨਾਂ ਮੇਰੇ ਤਾਂ ਛੱਟੀ ਹੁੰਦੀ ਮੇਰੇ ਇਮਾਨ 'ਤੇ ਹੁੰਦੀ ਹੈ। ਇੰਝ ਹੀ ਜਿਹੜਾ ਤੁਹਾਡੇ ਨਾਲ ਵੀ ਹੁੰਦਾ, ਤੁਸੀਂ ਵੀ ਇਸੇ ਤਰੀਕੇ ਨਾਲ ਕਰਦੇ ਹੋ, ਅਤੇ ਸਾਰੇ ਨਹੀਂ ਤੁਸੀਂ, ਮੈਂ ਆਉਂਦਾ ਤੁਸੀਂ ਜਿਹੜਾ ਕੋਈ ਵਿੱਚ ਇਹ ਚੀਜ਼ਾਂ ਕਰਦਾ, ਮੈਂ ਕਿਸੇ ਨੇ ਨਹੀਂ ਆਉਂਦਾ, ਮੈਂ ਤੁਹਾਨੂੰ ਇਹ ਚੀਜ਼ ਸਮਝਾ ਰਿਹਾ, ਤੁਸੀਂ ਜਿਹੜਾ ਚੰਗਾ ਲਾਓ ਅਤੇ ਖਰਚਾ ਮਾਲਕਾਂ ਕਰਨਾ, ਉਹਦੇ ਵਿੱਚ ਪੈਸੇ ਤੁਸਾਂ ਲੈਣੇ ਨੇ, ਮਜ਼ਦੂਰੀ ਵੀ ਉਹਦੀ ਲੈਣੀ ਹੈ, ਮਾੜੇ ਦੀ ਵੀ ਲੈਣੀ ਹੈ ਚੰਗੇ ਦੀ ਵੀ ਲੈਣੀ ਹੈ, ਟਾਈਮ ਉਹਨੇ ਹੀ ਲੱਗਣਾ ਮਾੜੇ 'ਤੇ ਵੀ ਚੰਗੇ 'ਤੇ ਵੀ ਉਹਨਾਂ ਲੱਗਣਾ, ਅਤੇ ਤੁਸੀਂ ਚੰਗਾ ਲਾਓ ਦੇ ਤਾਂ ਤੁਹਾਡੀ ਇੱਜ਼ਤ ਹੋਵੇ ਦੀ, ਮਾੜਾ ਲਾਓ ਦੇ ਅਤੇ ਤੁਹਾਡਾ ਜਿਹੜਾ ਉਹ ਕੰਮ ਫੇਲ ਹੋਵੇ, ਤਾਂ ਜਿਹੜਾ ਆਖਣ ਦਾ ਸਾਡਾ ਪੈਸਾ ਜਿਹੜਾ ਰੋੜਿਆ, ਅਤੇ ਜਿਹੜਾ ਵੀ ਇੱਦਾਂ ਕੰਮ ਕਰਦਾ ਹੈ, ਹਰ ਬੰਦਾ ਜਿਹੜਾ ਨਾ ਮੈਂ ਵਾਂ, ਅਤੇ ਮੈਂ ਆਪਣਾ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਮਕਾਨ ਬਣਾਉਣਾ, ਅਤੇ ਮੇਰਾ ਬੰਦਾ ਜਿਹੜਾ ਨਾ ਹਰ ਇਨਸਾਨ ਇੰਝ ਹੈ, ਅਤੇ ਇਸ ਦੌਰ ਵਿੱਚ ਜਿਹੜਾ ਉਹ ਆਪਣੀ ਸਾਰੀ ਜ਼ਿੰਦਗੀ ਦੀ ਇੱਕ ਕਮਾਈ ਨਾਲ ਇੱਕ ਮਕਾਨ ਬਣਾਉਂਦਾ, ਅਤੇ ਉਹਦਾ ਜਿਹੜਾ ਉੱਥੇ ਜਿਹੜਾ ਉਹ ਲਾਉਂਦਾ ਖਰਚਾ ਕਰਦਾ, ਉਹ ਸ਼ੌਕ ਨਾਲ ਹੀ ਕਰਦਾ, ਅਤੇ ਉਹ ਫਿਰ ਚਲੋ ਕਈਆਂ ਨੂੰ ਸਮਝ ਨਹੀਂ ਹੁੰਦੀ, ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਪੈਸਾ ਲਾਉਣ ਦਾ, ਅਤੇ ਉਹ ਫਿਰ ਸਾਡੇ 'ਤੇ ਹੁੰਦੀ ਹੈ, ਸਾਡੀ ਇਮਾਨਦਾਰੀ 'ਤੇ ਸਾਰਾ ਛੱਡਿਆ ਹੁੰਦਾ ਨੇ, ਅਤੇ ਅਸੀਂ ਫਿਰ ਥੋੜ੍ਹੇ ਜਿਹੇ ਉਸ ਆਖਿਆ ਲਾਲਚ ਪਿੱਛੇ 4-5 ਹਜ਼ਾਰ ਦੇ ਜੰਦਾਰ ਤੋਂ ਪਿੱਛੇ ਅਸੀਂ ਜਿਹੜਾ ਉਹ ਸਾਰਾ ਜਿਹੜਾ ਦੂਸਰੀ ਰੋਜ਼ੀ ਵੀ ਅੱਗ ਲਾ ਦੇ ਵੀ ਆਰਾਮ ਕਰ ਲੈਂਦੀ ਹੈ, ਅਤੇ ਇਹ ਚੀਜ਼ਾਂ ਦਾ ਜਿਹੜਾ ਖਿਆਲ ਕਰਦਾ ਉਹ ਕਾਮਯਾਬ ਹੁੰਦਾ, ਅਤੇ ਉਹਦਾ ਹੀ ਨਾਂ ਹੁੰਦਾ। ਅਸੀਂ ਉਸ ਆਖਿਆ ਮੈਂ ਵਾਂ, ਅਤੇ ਮੈਂ ਕੋਈ ਉਸ ਆਖਿਆ ਬਾਹਲਾ ਚੰਗਾ ਜਾਣਾ ਨਹੀਂ ਜਾਂ ਮੇਰਾ ਮੂੰਹ ਬਾਹਲਾ ਸੋਹਣਾ ਨਹੀਂ, ਸਿਰਫ ਇਹ ਚੀਜ਼ਾਂ ਤੋਂ ਮੇਰਾ ਨਾਂ ਹੈ, ਇਹ ਚੀਜ਼ਾਂ ਕਰਨਾ ਅਤੇ ਮੇਰੀ ਇੱਜ਼ਤ ਹੈ, ਅਤੇ ਤੁਸੀਂ ਵੀ ਇਹ ਕਰੋ ਅਤੇ ਤੁਸੀਂ ਵੀ ਬਣ ਸਕਦੇ ਹੋ, ਲਾਜ਼ਮੀ ਨਹੀਂ ਆ ਇਸ ਚੀਜ਼ 'ਤੇ ਇੱਥੇ ਮੁਕਾਮ 'ਤੇ ਆਉਣ ਵਾਸਤੇ, ਕੋਈ ਜੇ ਜਣਾ ਚੰਗਾ ਹੋ ਜਾਂਦੇ ਤਾਂ ਮੂੰਹ ਸੋਹਣਾ ਹੋਵੇ ਉਹ ਆ ਸਕਦਾ, ਜਾਂ ਕੱਪੜੇ ਚੰਗੇ ਪਾਇਆ ਬੰਦਾ ਚੰਗਾ ਜਣਾ ਬਣ ਜਾਂਦਾ, ਬੰਦਾ ਚੰਗਾ ਬਣ ਜਾਂਦਾ, ਬੰਦਾ ਉਹ ਹੀ ਹੁੰਦਾ। ਬਾਕੀ ਜਿਹੜਾ ਇਹ ਚੀਜ਼ਾਂ ਤੋਂ ਜਿਹੜਾ ਇਹ ਤੁਹਾਨੂੰ ਸਿੱਖਣੀਆਂ ਚਾਹੀਦੀਆਂ ਨੇ, ਅਤੇ ਇਹ ਕਰੋ ਅਤੇ ਟੈਨਸ਼ਨ ਨਹੀਂ ਬਣਨ ਲੱਗੀ। ਚਲੋ ਹੁਣ ਸ਼ੁਰੂ ਕਰਦੇ ਹਾਂ, ਉੱਤੇ ਬ੍ਰਹਮਲ ਲਾਉਂਦੇ ਹਾਂ ਤੁਹਾਨੂੰ ਮੈਂ ਦੱਸਣਾ। ਚਲੋ ਹੁਣ ਸ਼ੁਰੂ ਕਰਦੇ ਹਾਂ, ਉੱਤੇ ਲਾਉਂਦੇ ਹਾਂ ਬ੍ਰਹਮਲ। ਇਹ ਹੁਣ ਬੁਰਸ਼ ਲੈ ਲਿਆ, ਇਹ ਮੈਂ ਨਾ ਪਾਣੀ ਵਾਲਾ ਲਾ ਰਿਹਾ, ਮੇਰੇ ਕੋਲ ਬ੍ਰਹਮਲ ਜਿਹੜਾ ਨਾ ਆਇਲ ਵਾਲਾ ਪੋਨੀ, ਮੈਂ ਪਾਣੀ ਵਾਲਾ ਲਾ ਰਿਹਾ। ਉਹ ਆਇਲ ਵਾਲਾ ਤਾਂ ਦੱਸਿਆ, ਉਹ ਕਈ ਮੁੰਡਿਆਂ ਨੂੰ ਨਹੀਂ ਵੀ ਪਤਾ, ਅਕਸਰ ਤੁਸੀਂ ਜਿਹੜਾ ਕਈ ਮੁੰਡੇ ਚਲੋ ਆਪਣੇ ਦਿਲ ਵਿੱਚ ਸੋਚਿਆ ਜਾਂ ਜਿਹਨਾਂ ਨਹੀਂ ਪਤਾ, ਉਹ ਫਿਰ ਮੈਨੂੰ ਮੈਸੇਜ ਵੀ ਦੱਸਿਆ, ਅਕਸਰ ਜਿਹੜਾ ਮੁੰਡਿਆਂ ਨੂੰ ਇਹ ਵੀ ਨਹੀਂ ਪਤਾ ਥੱਲੇ ਤੇਲ ਵਾਲਾ ਪ੍ਰੈਮਰ ਲਾਈਦਾ। ਉਹ ਅੱਗੇ ਲਾਉਂਦੇ ਸਨ ਬੰਦੇ, ਅਤੇ ਪਹਿਲੇ ਦੌਰ ਵਿੱਚ ਜਿਹੜਾ
ਮੈਂ ਸ਼ਗਿਰਦੀ ਵਿੱਚ ਸਨ ਜਿਸ ਟਾਈਮ ਉਸ ਦੌਰ ਵਿੱਚ ਜਿਹੜਾ ਨਾ ਸਨ 2008-09 ਵਿੱਚ ਜਿਹੜਾ ਨਾ ਉਸ ਟਾਈਮ ਮੈਂ ਤੇਲ ਵਾਲੇ ਚੱਲਦੇ ਸਨ, ਐਫਿਲੀਆਂ ਵੀ ਕੋਈ ਸਨ ਹੁੰਦੀਆਂ ਬਣੀਆਂ ਸਨ 2007-08 ਵਿੱਚ ਨਾ ਸ਼ਹਿਰਾਂ ਦੇ ਵਿੱਚ ਹੁੰਦੇ ਸਨ ਅਤੇ ਪਿੰਡਾਂ ਵਿੱਚ ਅਸੀਂ ਜਿਹੜਾ ਨਾ ਜ਼ਿੰਕ ਦੀ ਅਤੇ ਚਾਕ ਮਿੱਟੀ ਦੀ ਫਿਲਿੰਗ ਆਪ ਬਣਾਈ ਦੀ ਸੀ, ਹੱਥੀ ਆਪ ਹੱਥ ਮਾਰ ਕੇ ਖੋਲ੍ਹਣਾ ਅਤੇ ਉਸ ਤਰੀਕੇ ਨਾਲ ਬਣਾਉਣੀ। ਅਤੇ ਹੁਣ ਤਾਂ ਚਲੋ ਹਰ ਸ਼ਹਿਰ ਬਣੀ ਬਣਾਈ ਹੋਊਗੀ, ਬਸ ਢੱਕਣ ਪੱਟਣਾ ਅਤੇ ਲਾਉਣੀ, ਹੁਣ ਤਾਂ ਕੰਮ ਹੀ ਬੜਾ ਆਸਾਨ ਹੋ ਗਿਆ। ਅਤੇ ਤੁਸੀਂ ਜਿਹੜਾ ਨਾ ਪਾਣੀ ਵਾਲਾ ਬਣਾਉਣਾ ਤਾਂ ਮਸਲਾ ਕੋਈ ਟੈਨਸ਼ਨ ਕੋਈ ਨਹੀਂ ਆ ਵੀ ਕੋਈ ਪੈੜਾ ਨਹੀਂ ਹੁੰਦਾ ਪ੍ਰੈਮਬਰ ਆਉਂਦਾ, ਬਾਕੀ ਜਿਹੜਾ ਉਹਦੀ ਮਜ਼ਬੂਤੀ ਜ਼ਿਆਦਾ ਹੁੰਦੀ ਉਹ ਜਿਹੜਾ ਲਵਾ ਸਕਦਾ ਉਹ ਲਵਾਏ। ਫਿਰ ਜਿਹੜਾ ਅਸੀਂ ਰੂਟੇ ਨਾਲ ਕਰਦੇ ਹਾਂ, ਠੀਕ ਹੈ, ਇੱਕ ਜਿਹੜਾ ਨਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਸੱਚੀ ਗੱਲ ਜਿਹੜੀ ਹੁੰਦੀ ਹੈ ਨਾ ਥੋੜ੍ਹੀ ਜਿਹੀ ਨਾ ਕੜਵੀ ਹੁੰਦੀ ਹੈ। ਅਤੇ ਕਈ ਜਿਹੜਾ ਨਾ ਹੁਣ ਮੇਰੀ ਮਾਲਕ ਕੋਈ ਫਿਲ ਵੀਡੀਓ ਵੇਖਦਾ ਰਹਿੰਦਾ, ਕੋਈ ਬੰਦਾ ਜਿਸ ਕੰਮ ਕਰਾਉਣਾ ਉਹ ਵੀ ਮੇਰੀ ਵੀਡੀਓ ਵੇਖ ਸਕਦਾ, ਅਤੇ ਮੇਰੀ ਵੀਡੀਓ ਵੇਖ ਉਹ ਆਉਂਦਾ ਜੀ ਮੈਂ ਇਸ ਤਰੀਕੇ ਨਾਲ ਕਰਾਉਣਾ, ਜਿਹੜਾ ਬੁਰਸ਼ ਨਾ ਕਰੀਦਾ ਨਾ ਇਹ ਬੁਰਸ਼ ਨਾਲ ਕੰਮ ਕਰਨਾ ਮੈਂ, ਠੀਕ ਹੈ। ਬੁਰਸ਼ ਵਾਲਾ ਜਿਹੜਾ ਕੰਮ ਹੁੰਦਾ ਇਹਦੀ ਮਜ਼ਬੂਤੀ ਜ਼ਿਆਦਾ ਹੁੰਦੀ ਹੈ, ਜਿਹੜਾ ਰੂਲੇ ਨਾਲ ਕਰੀਦਾ ਉਹਦੀ ਵੀ ਮਜ਼ਬੂਤੀ ਹੁੰਦੀ ਹੈ, ਬਾਕੀ ਬੁਰਸ਼ ਨਾਲ ਨਹੀਂ ਹੁੰਦੀ। ਤੁਸੀਂ ਬਾਕੀ ਆਪ ਸਮਝਦਾਰ ਹੋ, ਮੈਂ ਤੁਹਾਨੂੰ ਇਹਦਾ ਵੀ ਦੱਸਣਾ, ਮੈਂ ਤਾਂ ਉਹ ਗੱਲਾਂ ਵਿੱਚ ਤੁਹਾਨੂੰ ਤਾਂ ਨਹੀਂ ਸਮਝ ਆਉਣੀ, ਤੁਹਾਨੂੰ ਤਾਂ ਤੁਸੀਂ ਆਖਣਾ ਯਾਰ ਹੋਰ ਪਤਾ ਨਹੀਂ ਹੈ ਸਹੀ ਨਹੀਂ ਦੱਸ ਰਿਹਾ, ਉਹ ਮੈਂ ਤੁਹਾਨੂੰ ਟੈਕਨੀਕਲ ਕਰਕੇ ਤਾਂ ਦੱਸ ਰਿਹਾ ਅਤੇ ਤੁਸੀਂ ਬਾਕੀ ਆਖੋ ਨਹੀਂ ਸਹੀ ਹੈ। ਅੱਛਾ ਇਹਦੇ ਵਿੱਚ ਰੂਲਾ ਲਾਇਆ, ਰੂਲਾ ਅੱਜ ਰੱਖਣਾ ਥੱਲੇ ਟੋਰੀ ਕਹਿਣਾ, ਇਸ ਤਰੀਕੇ ਨਾਲ ਮਾਲ ਲੱਗਣਾ, ਠੀਕ ਹੈ, ਇਸ ਤਰੀਕੇ ਨਾਲ ਥੱਲੇ ਲੱਗਿਆ ਜਾਣਾ, ਠੀਕ ਹੈ, ਇਸੇ ਤਰੀਕੇ ਨਾਲ ਹੀ ਲੱਗਦਾ ਨਾ। ਅਤੇ ਮੈਂ ਕੋਈ ਗਲਤ ਕਰ ਰਿਹਾ ਹਾਂ ਮੈਂ ਦੱਸਣਾ ਮੇਰੀ ਵੀਡੀਓ ਵਿੱਚ ਥੱਲੇ ਕੋਈ ਵੀਰ ਭਰਾ ਜਾਂ ਨਾ ਸਹੀ ਲੱਗੇ ਜਾਂ ਮੇਰਾ ਇਹ ਤਰੀਕਾ ਦੱਸਣ ਦਾ ਜਾਂ ਸਮਝਾਉਣ ਦਾ ਤੁਹਾਨੂੰ, ਅਤੇ ਤੁਹਾਨੂੰ ਜੇ ਇਸ ਮੈਂ ਬਣਾ ਕੇ ਵੀ ਵੀਡੀਓ ਤੁਹਾਨੂੰ ਸਮਝ ਵੀ ਨਾ ਆਵੇ ਨਾ ਤੁਹਾਨੂੰ ਪਤਾ ਨਾ ਲੱਗੇ ਸਮਝ ਨਾ ਰਹੇ ਤਾਂ ਫਿਰ ਮੇਰੇ ਦੱਸਣ ਦੇ ਜਿਹੜਾ ਨਾ ਉਹ ਗੱਲ ਗਲਤੀ ਹੈ। ਅਤੇ ਇਹ ਹੁਣ ਲੱਗ ਗਿਆ ਰੂਲਾ, ਮੇਰੇ ਕੋਲ ਰੂਲਾ ਨਹੀਂ, ਮੈਂ ਤੁਹਾਨੂੰ ਇਹਦੇ ਨਾਲ ਸਮਝਾ ਰਿਹਾ, ਇਹ ਸ਼ਾਇਦ ਰੱਖ ਕੇ ਅੰਦਰ ਰੱਖੀ ਹੈ, ਇਹਦੀ ਮਜ਼ਬੂਤੀ ਹੈ ਕਿ ਇੱਕ ਸ਼ਾਇਦ ਜਿਹੜੀ ਇਸ ਤਰੀਕੇ ਨਾਲ ਮਾਲ ਕੇ ਲਾਉਣੀ ਹੈ, ਇੱਕ ਸ਼ਾਇਦ ਮਾਲ ਕੇ ਲੱਗਣੀ ਹੈ, ਇਹਦੀ ਮਜ਼ਬੂਤੀ ਹੈ ਕਿ ਜਿਹੜੀ ਅੰਦਰ ਰੱਖ ਕੇ ਥੱਲੇ ਟੋਰੀ ਲਿਆਉਣੀ ਹੈ ਉਹਦੀ ਮਜ਼ਬੂਤੀ ਹੈ। ਇਹ ਰੂਲੇ ਨਾਲ ਇਸ ਤਰੀਕੇ ਨਾਲ ਲੱਗਦਾ, ਬਾਕੀ ਇਹ ਜਦਬ ਹੋ ਜਾਂਦਾ ਵਿੱਚ ਰੰਗ, ਬਾਕੀ ਬੁਰਸ਼ ਨਾਲ ਜਿਹੜਾ ਮਲ ਕੇ ਲੱਗਦਾ ਰੰਗ ਇਹਦੀ ਮਜ਼ਬੂਤੀ ਜ਼ਿਆਦਾ ਹੁੰਦੀ ਹੈ, ਅਤੇ ਇਹਦੇ 'ਤੇ ਥੋੜ੍ਹਾ ਟਾਈਮ ਜ਼ਿਆਦਾ ਲੱਗਦਾ, ਉਹ ਤਾਂ ਅੱਗੇ ਮੈਂ ਤੁਹਾਨੂੰ ਗੱਲ ਦੱਸੀ ਹੈ ਥੋੜ੍ਹਾ ਰੇਟ ਜ਼ਿਆਦਾ ਮੰਗ ਲਿਆ ਰੁਪਈਆ, ਜਿੱਥੇ ਤੁਹਾਡਾ 1,00,000 ਤੁਸੀਂ ਆਉਂਦੇ ਹੋ ਨਾ ਮੈਂ ਰੂਲੇ ਨਾਲ, ਅਤੇ ਠੇਕਾ ਇਸ ਤਰੀਕੇ ਨਾਲ ਮੰਗੀਦਾ ਨਾ, ਮੈਂ ਜੀ ਆ ਇੰਨੇ ਦਿਹਾੜੇ ਲਾ ਲੈਣੇ ਇਸ ਕਮਰੇ 'ਚ, ਆ ਮੇਰੀ ਆ ਮਜ਼ਦੂਰੀ, ਇਹ ਰੂਲੇ ਨਾਲ ਆਇਆ ਲੈਣਾ, ਉਹ ਤੁਹਾਡਾ ਜਿਹੜਾ ਉਹ ਟਾਈਮ ਜਿਹੜਾ ਜ਼ਿਆਦਾ ਲੱਗਣਾ ਉਹ ਤੁਸੀਂ ਰੇਟ ਜ਼ਿਆਦਾ ਮੰਗ ਲਓ, ਉਹ ਮਾਲਕਾਂ ਨਾਲ ਆਖੋ ਜੀ ਅਸੀਂ ਇਸ 'ਤੇ ਨਹੀਂ ਵਾਰਾ ਖਾਂਦਾ, ਨਾ ਕਰੋ ਤੁਹਾਨੂੰ ਕੰਮ ਅੱਲਾ ਪਾਕ ਰੋਜ਼ੀ ਦੇਣੀ ਹੈ, ਅੱਲਾ ਪਾਕ ਜਿਹੜਾ ਨਾ ਤੁਹਾਨੂੰ ਰੋਜ਼ੀ ਦੇਣੀ ਉਹਦੇ ਨਹੀਂ ਤਾਂ ਉਸੇ, ਇੱਕ ਰਾਹ ਬੰਦ ਹੋਵੇ ਉਹ ਸਾਡਾ ਸੋ ਖੁੱਲ੍ਹਾ, ਅਤੇ ਤੁਹਾਡਾ ਜੇ ਕਿਸੇ ਨਾਲ ਨਹੀਂ ਦੇਣ ਬਣਦਾ ਨਹੀਂ ਕਰਦੇ ਅਤੇ ਨਾ ਕਰੋ ਲੋ। ਚਲੋ ਹੁਣ ਮੈਂ ਇਹਦੀ ਤੁਹਾਨੂੰ ਸਮਝ ਰਲ ਗਈ ਹੈ, ਇਹਦੀ ਸਮਝ ਰਲ ਗਈ ਹੈ, ਹੁਣ ਚਲੋ ਮੈਂ ਲਾ ਦੇਣਾ ਕੋਡਿੰਗ ਜਿਹੜਾ ਕਰ ਦੇਣਾ, ਇਹ ਉੱਤੇ ਤੁਹਾਨੂੰ ਦੱਸਣਾ। ਇਸ ਵੀਡੀਓ ਵਿੱਚ ਜਿਹੜਾ ਇਹ ਜੋ ਮੈਂ ਕੋਟਿੰਗ ਲਾ ਦੇਣਾ, ਅਗਲੀ ਵੀਡੀਓ ਵਿੱਚ ਤੁਹਾਨੂੰ ਦੂਸਰਾ ਤਰੀਕਾ ਫਿਰ ਦੱਸਣਾ, ਉਹਦੇ ਵਿੱਚ ਵੀ ਗੱਲਾਂ ਹੋਣੀਆਂ ਨੇ, ਇਹ 16-17 ਸਾਲ ਦਾ ਮੇਰਾ ਐਕਸਪੀਰੀਅੰਸ ਦਾ ਤਜਰਬਾ ਤੁਹਾਨੂੰ ਦੱਸਣਾ ਹੈ ਤੁਹਾਡੇ ਵਾਸਤੇ, ਵੀ 5 ਮਿੰਟ ਦੀ 1/2 ਘੰਟੇ ਦੀ ਵੀਡੀਓ ਹੋਵੇ ਦੀ, ਅਤੇ ਮੈਂ 16 ਸਾਲਾਂ ਵਿੱਚ ਜਿਹੜਾ ਇਹਦਾ ਨਿਚੋੜ ਕੱਢਿਆ ਇਹ ਨਿਕਲਿਆ, ਅਤੇ ਤੁਸੀਂ ਇਹ ਸਮਝ ਜੋ ਅਤੇ ਜਾਂ ਤੁਸੀਂ ਇਹ ਤੁਹਾਨੂੰ ਜੀ ਨਹੀਂ ਅਤੇ ਤੁਹਾਨੂੰ ਉਸ ਟਾਈਮ ਇੰਨਿਆਂ ਸਾਲਾਂ ਬਾਅਦ ਜਾ ਕੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਣਾ, ਅਤੇ ਇਹ ਤੁਸੀਂ ਹੁਣ ਤੋਂ ਹੀ ਸ਼ੁਰੂ ਕਰ ਦਿਓ ਅਤੇ ਤੁਹਾਡਾ ਆਪਣਾ ਵੀ ਐਕਸਪੀਰੀਅੰਸ ਵੀ ਵਧੇਗਾ, ਤੁਸੀਂ ਹੋਰ ਵੀ ਤੁਹਾਨੂੰ ਚੀਜ਼ਾਂ ਹਰ ਬੰਦੇ ਦਾ ਆਪਣਾ ਦਿਮਾਗ ਹੈ ਅਤੇ ਤੁਹਾਨੂੰ ਤੁਸੀਂ ਨਵੀਂ ਨਵੀਂ ਤੁਹਾਡੀ ਹੋਰ ਜਿਹੜਾ ਇਹਦੇ ਨਾਲ ਤੁਹਾਡਾ ਤਜਰਬਾ ਸਾਡੇ ਤੋਂ ਵੀ ਵੱਧ ਸਕਦਾ ਹੈ, ਨਹੀਂ ਸਾਡੇ ਤੋਂ ਤੁਸੀਂ ਇਹ ਮੁੜੇ ਜਿਹੜਾ ਵੱਧ ਨਹੀਂ ਸਕਦੇ, ਵੱਧ ਸਕਦੇ ਹੋ ਤੁਹਾਡੇ 'ਚ ਦਿਮਾਗ ਕੇ ਤੁਸੀਂ ਕਰ ਸਕਦੇ ਹੋ, ਸਾਡੇ ਤੋਂ ਚੰਗਾ ਕਰ ਸਕਦੇ ਹੋ।
ਆਂਝ ਵੀਰਾਂ ਉਹ ਇਹ ਲੱਗ ਗਿਆ ਪ੍ਰਾਈਮਰ ਅਤੇ ਇਹ ਥੋੜ੍ਹਾ ਸੁੱਕਦਾ ਹੈ ਅਤੇ ਇਸ ਤੋਂ ਬਾਅਦ ਜਿਹੜਾ ਦੂਸਰੀ ਵੀਡੀਓ ਮੈਂ ਬਣਾਉਂਦਾ ਅਤੇ ਉਹ ਤੁਸੀਂ ਵੇਖਣੀ ਹੈ ਤੁਹਾਨੂੰ ਸਾਰੀ ਸਮਝ ਆਵੇਗੀ ਅਤੇ ਤੁਹਾਨੂੰ ਸਾਰਾ ਇਹਦਾ ਮੈਂ ਅਗਲੀ ਵਿੱਚ ਵੀ ਜਿਹੜਾ ਵੀਡੀਓ ਚਲੋ ਥੋੜ੍ਹੀਆਂ ਛੋਟੀਆਂ ਹੋ ਜਾਣਗੀਆਂ ਅਤੇ ਇਹ ਗੱਲਾਂ ਤਾਂ ਤਾਂ ਤੁਹਾਨੂੰ ਕਰ ਰਿਹਾ ਚਲੋ ਵੀਰਾਂ ਨੂੰ ਸਮਝ ਰਹੇ ਅਤੇ ਇਸ ਤਰੀਕੇ ਨਾਲ ਤੁਸੀਂ ਪ੍ਰਾਈਮਰ ਲਾ ਲੈਣਾ ਠੀਕ ਹੈ ਇਹਦਾ ਪ੍ਰਾਈਮਰ ਲਾ ਗਿਆ ਇਹ ਪੁਤਲਾ ਕੰਮ ਜਿਹੜਾ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਣਾ।